ਸਤਿ ਸ਼੍ਰੀ ਅਕਾਲ ਦੋਸਤੋ ਇਹ ਐਲਐਨਟੀ ਕੈਸ਼ 2011 ਮਾਡਲ ਕਈ ਕੈਸ਼ ਵੀ ਕਹਿੰਦੇ ਆ ਕਈ ਕੇਸ ਵੀ ਹੁੰਦਾ ਕੇਸ ਹੈ ਕੈਸ਼ ਵੀ ਕਹਿ ਦਿੰਦੇ ਹਨ ਇਹ 11 ਮਾਡਲ ਦਾ ਪੰਪ ਹੈ ਜੀ ਇਹ ਗਰਮ ਹੋ ਕੇ ਸਪੀਡ ਛੱਡਦਾ ਜੀ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਵੀ ਕੀ ਗੱਲ ਹੈ ਅੱਜ ਅੱਜ ਤੁਹਾਨੂੰ ਦੱਸਾਂਗੇ ਕੀ ਪ੍ਰੋਬਲਮ ਹੈ ਅਤੇ ਕਿੱਦਾਂ ਰਿਪੇਅਰ ਕਰੀਦਾ ਕਿਹੜੇ ਕਾਰਨਾਂ ਕਰਕੇ ਜਿਹੜਾ ਗਰਮ ਹੋ ਕੇ ਸਪੀਡ ਘਟਾਉਂਦਾ ਵਾ ਇਹ ਸਾਰਾ ਤੁਹਾਨੂੰ ਦੱਸਾਂਗੇ ਕਿਉਂ ਸਪੀਡ ਘਟਾਉਂਦਾ ਬਾਅਦ ਰਿਪੇਅਰ ਕਰਕੇ ਪੂਰਾ ਤਿਆਰ ਕਰਕੇ ਵੀ ਤੁਹਾਨੂੰ ਦੱਸਾਂਗੇ ਕਿੱਦਾਂ ਰਿਪੇਅਰ ਕਰੀਦਾ ਉਹ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਹੁਣ ਆਪਾਂ ਜੀ ਬੋਟਮ ਵਾਲੀ ਪਲੇਟ ਚੁੱਕਾਂਗੇ ਉੱਪਰੋਂ ਪੀਵਨ ਦੀਆਂ ਮੇਨ ਪੰਪ ਜਿਹੜਾ ਉਹਦੀਆਂ ਪਲੇਟਾਂ ਬਹੁਤ ਵਧੀਆ ਗਈਆਂ ਚੀਜ਼ਾਂ ਸਾਰੀਆਂ ਵਧੀਆ ਗਈਆਂ ਬਹੁਤ ਜ਼ਿਆਦਾ ਵਧੀਆ ਗਿਆ ਪੰਪ ਇਸੇ ਤਰ੍ਹਾਂ ਗਰਾਰੀਆਂ ਦਾ ਵੀ ਹਾਲ ਇਹੋ ਜਿਹਾ P2 ਦੇਖੋ ਅਗਲਾ ਪੰਪ ਜਿਹੜਾ P2 ਕਹਿ ਦਿੰਦੇ ਆਪਾਂ ਪਿੱਛੇ ਵਾਲਾ ਪੰਪ ਵੀ ਕਹਿ ਦਿੰਦੇ ਹਾਂ ਉਹਦੇ ਵੀ ਕਾਫੀ ਹਾਲਤ ਮਾੜੀ ਆ ਬਾੜੀਆਂ ਵੀ ਕਾਫੀ ਡੈਮੇਜ ਨੇ ਵਿੱਚੋਂ P2 ਦੇ ਗੇਅਰ ਦੇਖ ਲਓ ਅਗਲੇ ਪੰਪ ਦੇ ਗੇਅਰ ਵੀ ਕਾਫੀ ਵੱਡੇ ਗਏ ਨੇ ਹੁਣ ਆਪਾਂ ਇਸਨੂੰ ਰਿਪੇਅਰ ਕਰਾਂਗੇ ਹਾਂਜੀ ਦੋਸਤੋ ਤੁਸੀਂ ਅੱਗੇ ਵੇਖਿਆ ਹੋਣਾ ਵੀ ਕਿੰਨਾ ਵੱਢਿਆ ਸੀ ਇੱਥੋਂ ਦੇਖੋ ਜੀ ਪਲੇਟਾਂ ਨਵੀਆਂ ਪੈ ਗਈਆਂ ਨੇ ਗ੍ਰਾਇੰਡ ਹੋ ਗਈਆਂ ਨੇ ਗਰਾਰੀਆਂ ਵੀ ਵੇਖ ਲਓ ਜੀ ਗਰਾਰੀਆਂ ਸੈੱਟ ਵੀ ਨਵਾਂ ਪੈ ਗਿਆ P2 ਦਾ ਵੇਖ ਲਓ ਠੀਕ ਹੈ ਜੀ ਗ੍ਰਾਇੰਡ ਹੋ ਗਏ ਨੇ ਦੇਖੋ ਜੀ ਇਹ ਫਿਟਿੰਗ ਵਾਸਤੇ ਪੰਪ ਸਾਡਾ ਰੈਡੀ ਹੋ ਗਿਆ ਹੁਣ ਤੁਹਾਨੂੰ ਦੱਸਾਂਗੇ ਆਪਾਂ ਫਿਟਿੰਗ ਕਿੱਦਾਂ ਕਰਦੇ ਹਾਂ ਜੀ ਫਿਟਿੰਗ ਸ਼ੁਰੂ ਹੋ ਗਈ ਆ ਗਰਾਰੀ ਪਾਰਟ ਵਾਲੇ ਪਲੇਟ ਦਾ ਜੀ ਬਿਲਕੁਲ ਸਹੀ ਸਮੂਥ ਘੁੰਮ ਰਿਹਾ ਦੂਸਰੀ ਪਲੇਟ ਵਾਲੇ ਪਲੇਟ ਪੈ ਗਈ ਪਾਵਾਂਗੇ ਹੁਣ ਆਪਾਂ ਬਹੁਤ ਵਧੀਆ ਕੁਆਲਿਟੀ ਦੀ ਫਿੱਟ ਵਰਤੀ ਦੀ ਆਪਾਂ P2 ਦੀ ਫਿਟਿੰਗ ਚਾਲੂ ਹੋ ਗਈ ਆ ਇਸਦਾ ਆਪਾਂ ਇਹਨੂੰ ਪਲੇਟ ਨੂੰ ਥੱਲੇ ਪਾਵਾਂਗੇ ਥੋੜ੍ਹਾ ਜਿਹਾ ਮੋਲ ਵਾਲ ਜਾਂ ਹਾਈਡਰੋਲਿਕ ਲੈ ਕੇ ਫੇਸ 'ਤੇ ਲਾ ਲਓ ਫਿਰ ਆਪਾਂ ਇਹਨੇ ਦੋਹਰੇ ਗੇਅਰ ਨੂੰ ਵਾਰ ਵਾਰੀ ਕਰਕੇ ਵਿੱਚ ਪਾਵਾਂਗੇ ਇਹਦੇ ਇਸ ਤਰ੍ਹਾਂ ਬਿਲਕੁਲ ਸਮੂਥ ਘੁੰਮਣਾ ਚਾਹੀਦਾ ਕੋਈ ਅੜਕੇ ਨਹੀਂ ਚੱਲਣਾ ਚਾਹੀਦਾ ਅੜਕੇ ਚੱਲੂ ਕਰੇ ਕੋਈ ਤੰਗੀ ਕਰੂ ਹੋਵੇ ਨਾ ਕੋਈ ਪਾਤੀ ਆਪਾਂ ਇਹ ਹੁਣ ਇਕੱਠਾ ਹੋਣ ਵਾਸਤੇ ਤਿਆਰ ਹੋ ਗਿਆ
ये उत्ते प्लेट लगेगी, ये तुम सारा अपन ला के दिखा दें। दोस्तों रेडी हो गया फिटिंग वास्ते, बाकी फिटिंग हो गई है। हुण आपां प्लेटा रखांगे उपर, ठीक है जी। ये मेन पंप P1 की प्लेट रखी गई है, हुण आपां P2 की प्लेट रखांगे। इस तो बाद आपां टेस्ट करांगे पंप नूं, चेक करके दसांगे तुहानूं। चेक टेस्टिंग वास्ते रेडी हो गया पंप, ठीक है। आओ जी, दो प्लेटा रखी गई आपां, ठीक है जी। आपां नूं दोवां नूं फिट करांगे, रोजिंग पावांगे जी। ये कनैक्टर आई, इसनूं कनैक्टर कह दिंदे आ जी, दोवां शाफ्टां नूं कनैक्ट करन वास्ते, मगरले पंप नूं अगले पंप नूं। ਜੀ ਹੁਣ ਇਹਦੇ ਉੱਤੇ ਆਪਾਂ ਪਿੱਛੇ ਵਾਲਾ ਪੰਪ ਰੱਖਾਂਗੇ, ਬੋਲਟ ਕੱਸ ਕੇ ਟੈਸਟਿੰਗ ਵਾਸਤੇ ਪੰਪ ਰੈਡੀ ਹੋ ਚੱਲਿਆ। ਬੋਲਟ ਵਾਸ਼ ਕਰਾਂਗੇ ਪਹਿਲਾਂ, ਬੋਲਟ ਬਹੁਤ ਗੰਦੇ ਆ, ਬੋਲਟ ਧੋਤੇ ਨਹੀਂ ਸੀ ਅੱਜ ਮੁੰਡਿਆਂ ਨੇ, ਉਹਨੂੰ ਵਾਸ਼ ਕਰਕੇ ਫਿਰ ਕੱਸਾਂਗੇ। ਚਵੇਂ ਬੋਲਟ ਕੱਸ ਕੇ ਪੰਪ ਟੈਸਟਿੰਗ ਵਾਸਤੇ ਤਿਆਰ ਹੋ ਗਿਆ। ਦੋਸਤੋ ਆਪਾਂ 4 ਮਹੀਨੇ ਦੀ ਗਰੰਟੀ ਦੇਈ ਦੀ ਆ, ਕਿਸੇ ਵੀ JCB ਦਾ ਪੰਪ ਹੋਏ, ਟਰੈਕਸ ਹੋ ਰਹੇ, LNT ਹੋ ਰਹੇ, 3DX ਹੋ ਰਹੇ, 3D ਹੋ ਰਹੇ, ਕਿਸੇ ਵੀ ਮਸ਼ੀਨ ਦਾ JCB ਦਾ ਪੰਪ ਹੋਏ, 4 ਮਹੀਨੇ ਦੀ ਵਿੱਚ ਦੀ ਗਰੰਟੀ ਦੇਈ ਦੀ ਆ। ਜੇ 5-4 ਸਾਲ ਚੱਲਿਆ ਨਾ ਤਾਂ ਪੰਪ ਕਰਨ ਦਾ ਫਾਇਦਾ ਵੀ ਕੋਈ ਨਹੀਂ ਵੀ ਜੀ। ਤੁਸੀਂ ਮੌਕਾ ਦਿਓ ਇੱਕ ਵਾਰੀ, ਤੁਹਾਡੇ ਇਰਾਦੇ ਦੇ ਪੂਰੇ ਖਰੇ ਉਤਰਾਂਗੇ। ਲਓ ਜੀ ਫਾਈਨਲ ਫਿਟਿੰਗ ਹੋ ਗਈ, ਇਸ ਤੋਂ ਬਾਅਦ ਟੈਸਟਿੰਗ ਵਾਸਤੇ ਤਿਆਰ ਪੰਪ। ਪੰਪ ਰੈਡੀ ਹੋ ਗਿਆ ਜੀ।